ਕੀ ਨਾਂ ਜੀ ਇਹਦਾ ਭਾਜੀ? ਭਾਜੀ ਇਹਨੂੰ ਮੈਂ ਪਿਆਰ ਨਾਲ ਪੁਸ਼ਪਾ ਕਹਿੰਦਾ। ਉਹ ਦੇਖੀ ਫਿਲਮ ਤੁਸੀਂ ਪੁਸ਼ਪਾ? ਦੇਖੀ ਹੈ। ਝੁਕੇਗਾ ਨਹੀਂ ਸਾਲਾ। ਹਾਂ ਹਾਂ ਹਾਂ। ਤੇ ਤੂੰ ਕਿਉਂ ਨਹੀਂ ਝੁਕਦਾ? ਪੁਸ਼ਪਾ ਹੈ। ਹਾਂਜੀ। ਅੱਛਾ ਇਹ ਅਜੇ ਆ? ਹਾਂਜੀ ਇਹਦਾ ਅਜੇ ਆ ਨਾਂ। ਉਹ ਪਰੇ ਕਾਜਲ ਖਲੋਤੀ? ਉਹ ਖਲੋ ਜਾ। ਕਾਜਲ ਕਿਹੜੀ ਆ ਗਈ? ਕਿੱਥੇ ਉਹਨੂੰ ਛੜੇ ਨੂੰ ਵਿਆਹੀ ਜਾਣ ਡਿਆ? ਰੁਪਈਆ ਤੁਹਾਨੂੰ 10 ਲੱਖ ਦੇ ਦਈਏ। ਕਾਹਦਾ? ਵਿਹੜੇ ਦਾ। ਇਹਦਾ ਉਹ ਕਹਿੰਦਾ। ਅਤੇ ਅੱਜ ਚਿਲਤਨ ਪਿਓਰ ਦੀ ਨਾਜ਼ਰੀ ਨੇ ਇੱਕ ਨਵੀਂ ਪ੍ਰੋਡਕਟ ਸਾਡੇ ਕੋਲ ਆਈ ਆ ਜਿਹਦਾ ਨਾਮ ਆ ਜੀ ਨੀਮ ਥੈਰਾਮੈਰਿਕ ਆਇਆ ਵੀ ਸੜਕੋ ਫੇਸ ਵਾਸ਼। ਇੰਝ ਬਹਾਇਆ ਕਰਨਾ ਪਬਲਿਕ ਨੂੰ ਇੰਝ ਇੰਝ। ਹਾਂਜੀ ਫੇਸ ਵਾਸ਼ ਆ ਸਾਜੀਏ। ਇਹ ਰਾਤ ਨੂੰ ਜਦੋਂ ਤੁਸੀਂ ਸੌਣ ਲੱਗਣਾ ਨਾ ਜੀ ਜੀ, ਅਤੇ ਸੌਣ ਤੋਂ ਪਹਿਲੇ ਫਰੈਸ਼ ਹੋਣ ਵਾਸਤੇ ਜਿਹੜਾ ਇਹਦੇ ਨਾਲ ਫੇਸ ਵਾਸ਼ ਕਰਕੇ, ਕਿਉਂਕਿ ਸੌ ਜਾਣਾ ਸੁਬਹਾ ਦੀ ਜਿੰਨੀ ਵੀ ਤੁਸੀਂ ਬਾਹਰ ਜਾਂਦੇ ਹੋ ਪੋਲੂਸ਼ਨ ਗਰਦੋ ਗਬਾਰ ਜਿਹੜੀ ਆ ਇਹਦੇ ਨਾਲ ਨਾ ਸਾਫ਼ ਹੋਏਗੀ ਫੇਸ ਵਾਸ਼ ਦੇ ਨਾਲ। ਇਹ ਨਿੰਮ ਦੇ ਪੱਤਿਆਂ ਦਾ ਬਣਿਆ ਜੀ? ਹਾਂਜੀ ਨਿੰਮ ਦੇ ਪੱਤੇ। ਹਾਂ ਨਿੰਮ ਦੇ ਪੱਤਿਆਂ, ਨੀਮ ਉਹਨੂੰ ਹੀ ਕਹਿੰਦੇ ਆ, ਚਾਰ ਪੜ੍ਹ ਤੇ ਲੈਂਦਾ ਕਿਤੇ। ਨਹੀਂ ਨਿੰਮ ਤਾਂ ਵੈਸੇ ਹੀ ਬੜੀ ਅੱਛੀ ਚੀਜ਼ ਆ। ਚਿਲਤਨ ਪਿਓਰ ਦੀ ਨੀਮ ਥੈਰਾਮੈਰਿਕ ਫੇਸ ਵਾਸ਼ ਨਾਜ਼ਰੀ ਨੇ ਲਾਜ਼ਮੀ ਯੂਜ਼ ਕਰਨਾ। ਅਤੇ ਅੱਜ ਗੋਗਾ ਇਸੇ ਫੇਸ ਵਾਸ਼ ਨਾਲ ਮੂੰਹ ਧੋ ਕੇ ਵੀਡੀਓ ਬਣਾਉਣ ਜਾ ਰਿਹਾ। ਚਲੋ ਜੀ ਆਓ ਤੁਹਾਡਾ ਫੇਸ ਧੋਈਏ। ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਤੈਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਏ ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਲਬੇਲਾ ਏ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇ ਲਾਏ ਹੋਏ ਤੇ ਜੁਗਤਾਂ ਦੀ ਬਣ ਦੀ ਕਤਾਰ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਪਾਰ ਅਲਬੇ ਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਸਲਾਮ ਅਲੈਕਮ। ਹਾਂਜੀ ਵਾਲੇਕਮ ਸਲਾਮ ਜੀ। ਸਾਫ਼ ਕਰ ਰਹੇ ਜਾ ਰਿਹਾ ਕਿਤੇ? ਨਹੀਂ ਕਿਹੜਾ ਟਿਊਸ਼ਨ 'ਤੇ ਭੇਜਣਾ ਵਾ। ਸਾਫ਼ ਕਰ ਲਈ ਕਰ ਰਹੇ ਕੋਈ ਮਿੱਟੀ ਪਾ ਗਿਆ ਇੱਥੇ? ਉਹ ਨਹੀਂ ਭਾਅ ਜੀ, ਜਾਨਵਰ ਆ ਨਾ ਇਹਨਾਂ ਨੂੰ ਜਿੰਨਾ ਪਿਆਰ ਕਰਾਂਗੇ ਤਾਂ ਓਨਾ ਇਹ ਫਿਰ ਜਲਦੀ ਗਰੋਥ ਕਰਦੇ ਵੱਧਦੇ ਆ। ਅੱਛਾ ਅੱਛਾ ਮਾਸ਼ਾ ਅੱਲਾ। ਪਤਾ ਹੈ ਆਪਣੇ ਬੱਚਿਆਂ ਤਰ੍ਹਾਂ ਤਾਂ ਪਾਲਦੇ ਹਾਂ ਅਸੀਂ ਇਹਨਾਂ ਨੂੰ। ਜਿਹਨਾਂ ਪਾਲੇ ਭਾਅ ਜੀ ਮੈਂ ਲਾਹੌਰੋਂ ਆਇਆ। ਪੈਦਲ ਆਏ ਹੋ? ਗੱਲ ਇੱਦਾਂ ਦਾ ਮੂੰਹ ਹੋਇਆ? ਨਹੀਂ ਭਾਅ ਜੀ ਗੱਡੀ 'ਤੇ ਆਇਆ, ਮੈਨੂੰ ਪਤਾ ਲੱਗਾ ਵੀ ਬਹੁਤ ਵਧੀਆ ਇੱਥੇ ਜਾਨਵਰ ਖੜੇ। ਹੱਥ ਲਾ ਲਵਾਂ? ਲਾ ਲਓ ਹੱਥ, ਮੰਨਤ ਆ ਤੁਹਾਡੀ ਕੋਈ? ਨਹੀਂ ਨਹੀਂ ਮਾਸ਼ਾ ਅੱਲਾ ਰੀਝ ਨਾਲ ਪਾਲੇ ਭਾਈ ਲੱਗਦਾ। ਹਾਂਜੀ ਤੁਹਾਨੂੰ ਪਤਾ ਜੀ ਇਹ ਸਾਡਾ ਕੈਟਲ ਹੈਗਾ ਵੇ। ਇਹ ਕੁਰਬਾਨੀ 'ਤੇ ਲੱਗੇਗਾ ਭਾਅ ਜੀ? ਹਾਂਜੀ ਕੁਰਬਾਨੀ 'ਤੇ, ਇਹ ਕੰਮ 'ਤੇ ਵੀ ਲੱਗੇਗਾ ਜਿੰਨੀ ਸਿਹਤ ਹੈ ਇਹਦੀ। ਕੀ ਨਾਂ ਜੀ ਇਹਦਾ ਭਾਅ ਜੀ? ਭਾਅ ਜੀ ਇਹਨੂੰ ਮੈਂ ਪਿਆਰ ਨਾਲ ਪੁਸ਼ਪਾ ਕਹਿੰਦਾ। ਉਹ ਦੇਖੀ ਫਿਲਮ ਤੁਸੀਂ ਪੁਸ਼ਪਾ? ਦੇਖੀ ਹੈ। ਝੁਕੇਗਾ ਨਹੀਂ ਸਾਲਾ? ਹਾਂ ਹਾਂ ਹਾਂ। ਆ ਤੇ ਤੂੰ ਕਿਉਂ ਨਹੀਂ ਝੁਕਦਾ? ਅੱਛਾ ਪੁਸ਼ਪਾ ਹੈ। ਹਾਂਜੀ ਇਹਦੀ ਕੀਮਤ ਕਿੰਨੀ ਭਾਅ ਜੀ? ਭਾਅ ਜੀ 20 ਲੱਖ ਰੁਪਈਆ ਜੇ। ਹੈਂ? 20 ਲੱਖ ਰੁਪਈਆ? ਇਹ ਨਹੀਂ ਤਾਂ ਪੁਸ਼ਪਾ ਨੇ ਨਹੀਂ ਲਈ ਫਿਲਮ 'ਚ ਜਿੰਨੇ ਤੂੰ ਮੰਗਣ ਦਿਆ ਯਾਰ। ਭਾਅ ਜੀ ਜਾਨਵਰ ਵੀ ਦੇਖੋ ਨਾ। ਜਾਨਵਰ ਤਾਂ ਤੇਰੇ ਤੋਂ ਵੀ ਵੱਡਾ। ਉਹ ਤੇਰੇ ਤੋਂ ਵੀ ਵੱਡਾ? ਇੱਕ ਪਾਵਾ ਉੱਚਾ ਤੇ ਇੱਕ ਪਾਵਾ ਤੇਰੇ ਵਜ਼ਨ ਦਾ ਵਾ। 20 ਲੱਖ ਐਵੇਂ ਨਹੀਂ ਕਹਿਣ ਡਏ ਅਸੀਂ। ਅਤੇ ਭਾਅ ਜੀ ਕੀ ਖਵਾਉਂਦੇ ਪਿਆਉਂਦੇ ਇਹਨਾਂ ਨੂੰ? ਇਹ ਦੂਸਰਿਆਂ ਜਾਨਵਰਾਂ ਇੱਧਰ ਮੈਨੂੰ ਡਰ ਲੱਗਦਾ ਭਾਈ ਇਹ ਤਾਂ ਡਰ ਲੱਗਦਾ ਪੁਸ਼ਪਾ ਇਹਨਾਂ ਕਿੱਕ ਨਾ ਮਾਰ ਦੇਵੇ। ਹਾਂਜੀ ਇਹ ਦੂਸਰਿਆਂ ਜਾਨਵਰਾਂ ਤੋਂ ਭਾਅ ਜੀ ਇਹਨਾਂ ਨੂੰ ਹਟ ਕੇ ਛਾਵਾਂ ਸਪੈਸ਼ਲ ਪਾਉਣੀਆਂ ਪੈਂਦੀਆਂ। ਕੀ ਪਾਉਂਦੇ ਤੁਸੀਂ? ਇਹ ਤੂੜੀ ਵੰਡਾ ਖਾਂਦੇ ਆ, ਗੰਦਮ ਖਾਂਦੇ ਆ। ਅੱਛਾ ਰਾਈਸ ਪਾਲਿਸ਼ ਖਾਂਦੇ ਆ। ਹਾਂ ਅਤੇ ਦੇਸੀ ਘਿਓ ਵੀ ਇਹਨਾਂ ਨੂੰ ਦਈਦਾ ਵਾ। ਰੋਟੀਆਂ 'ਤੇ ਲਾ ਕੇ ਨਹੀਂ ਆ ਵੀ ਹੈਰਾਨ ਹੋਣ ਡਿਆ ਵਾ, ਵੈਸੇ ਸਿੱਧਾ ਦੇਸੀ ਘਿਓ ਦਈਦਾ ਇਹਨਾਂ ਨੂੰ। ਇਹਨਾਂ ਦੀ ਗਰੋਥ ਜ਼ਿਆਦਾ ਜਲਦੀ ਵੱਧਦੀ ਹੈ ਨਾ, ਦੇਖੋ ਨਾ ਮਾਸ਼ਾ ਅੱਲਾ। ਮੁਰੱਬਾ ਵੀ ਕਹਿੰਦੇ ਦਿੰਦੇ ਆ? ਉਹ ਦਿਲ ਘਬਰਾਉਂਦਾ ਉਹਨਾਂ ਦਾ। ਇਹ ਇੰਪੋਰਟੈਂਟ ਆ ਭਾਅ ਜੀ, ਟੈਗ ਲੱਗਾ? ਟੈਗ ਹੁੰਦੇ ਇਹਨਾਂ ਦੇ ਆਪਣੇ ਆਪਣੇ, ਫਿਰ ਡਾਕਟਰ ਨੂੰ ਆਸਾਨੀ ਰਹਿੰਦੀ ਹੈ ਨਾ। ਨੰਬਰ ਲਵਾਏ? ਨੰਬਰ ਲਵਾਏ? ਹਾਂਜੀ। ਅਤੇ ਐਕਸਾਈਜ਼ ਵਾਲਿਆਂ ਕੋਲ ਲਵਾਏ? ਉਹ ਐਕਸਾਈਜ਼ ਵਾਲਿਆਂ ਨਹੀਂ ਭਾਈ, ਵੈਟਨਰੀ ਡਾਕਟਰ ਸੁਣਿਆ ਕਦੀ? ਇਹ ਉਹ ਲਾਉਂਦੇ ਵੈਟਨਰੀ ਡਾਕਟਰ ਜਿਹੜੇ ਆ ਨਾ, ਉਹਨਾਂ ਦਾ ਟੈਗ ਹੁੰਦਾ ਵਾ। ਇਹ ਪੁਸ਼ਪਾ ਵਾ ਭਾਅ ਜੀ, ਇਹ 20 ਲੱਖ ਰੁਪਈਆ ਕੀਮਤ ਆ। ਇਹ ਸਾਨੂੰ ਪੁਸ਼ਪਾ ਤਾਂ ਨਹੀਂ ਕਹੇਗਾ? ਨਹੀਂ ਪੁਸ਼ਪਾ, ਜਦੋਂ ਤੂੰ ਇਹਨੂੰ ਪੁਸ਼ਪਾ ਨਹੀਂ ਕਹੇਗਾ ਤਾਂ ਇਹ ਵੀ ਨਹੀਂ ਤੈਨੂੰ ਪੁਸ਼ਪਾ ਕਹਿੰਦਾ। ਕਿੰਨਾ ਇੱਕ 'ਚੋਂ ਮਤਲਬ ਗੋਸ਼ਤ ਨਿਕਲ ਆਉਂਦਾ ਜੀ? ਤੁਸੀਂ ਖਰੀਦਣ ਆਏ ਹੋ? ਹੋਰ ਮੈਂ ਕੀ, ਉਹਦੇ ਨਾਲ ਸੈਲਫੀ ਲਵਾਉਣੀ ਹੈ।
ਨਹੀਂ ਲੈਣੀ ਆ ਮੈਂ ਯਾਰ ਗੋਸ਼ਤ ਦਾ ਹਿਸਾਬ ਤੇ ਤੂੰ ਆਪ ਲਵਾਵੀਂ ਕਸਾਈ ਦੇ ਕੋਲ ਹੁਣ ਫਿਲਹਾਲ ਤੂੰ ਇਹਦੀ ਕੀਮਤ ਤੇ ਨਹੀਂ ਜਿੱਡਾ ਤਕੜਾ ਵਾ ਮੈਂ ਇਹਨੂੰ ਖਿੱਚ ਕੇ ਆਪਣੇ ਘਰ ਲਿਜਾਣਾ ਇਹਨੇ ਮੈਨੂੰ ਆਪਣੇ ਘਰ ਲੈ ਜਾਣਾ ਸਾਂਭਣ ਲਈ ਵੀ ਤਿੰਨ ਬੰਦੇ ਚਾਹੀਦੇ ਆ ਤੇ ਤੂੰ ਫਿਰ ਛੋਟੀ ਮੋਟੀ ਕੋਈ ਬੱਕਰੀ ਲੈ ਲਾ ਤੇਰੇ ਨਹੀਂ ਇਹ ਵੱਸ ਦਾ ਕੰਮ ਐਵੇਂ ਪੈਰ ਥੱਲੇ ਆ ਕੇ ਮੈਂ ਕਿੱਥੋਂ ਲੈਣਾ ਬੱਕਰੀ ਤੇ ਗੱਲਾਂ ਕਰਨ ਦੇ ਹੀ ਮੇਰੇ ਨਾਲ ਤੂੰ ਇਹਨਾਂ ਨੂੰ ਮਰੱਬੇ ਖਵਾਈਏ ਨਾ ਆਪ ਵੀ ਕੁਛ ਖਾਇਆ ਕਰ ਭਾਜੀ ਇਹ ਜਾਨਵਰ ਆ ਸਪੈਸ਼ਲ ਜਾਨਵਰ ਹੁੰਦੇ ਆ ਤੁਸੀਂ ਪੂਰੇ ਪਾਕਿਸਤਾਨ 'ਚ ਜਿਹੜਾ ਨਾ ਇੱਦਾਂ ਦਾ ਜਾਨਵਰ ਨਹੀਂ ਦੇਖੋਗੇ ਨਹੀਂ ਮਾਸ਼ਾਅੱਲਾ ਹੈ ਤੇ ਅੱਛੇ ਆ ਜੀ ਇਹ ਸਿੱਬੀ ਦੇ ਜਾਨਵਰ ਆ ਸਿੱਬੀ ਸਿੱਬੀ ਤਾਂ ਗਰਮੀ ਇੰਨੀ ਪੈਂਦੀ ਉਹ ਭਾਈ ਉਹ ਨਸਲ ਉਹ ਆ ਉਹ ਆ ਅੱਛਾ ਜੀ ਹਾਂਜੀ ਤੇ ਇਹਨਾਂ ਦੇ ਸਾਈਡਾਂ ਦੇ ਬਰਫ਼ ਬਰਫ਼ ਵੀ ਲਾ ਦਿੰਦੇ ਗਰਮੀ ਬਹੁਤ ਪੈਂਦੀ ਹੈ ਜਾਨਵਰ ਨੂੰ ਠੰਡ ਵੀ ਚਾਹੀਦੀ ਹੈ ਨਹੀਂ ਬਰਫ਼ ਨਹੀਂ ਉਹ ਵੈਸੇ ਕੁਦਰਤੀ ਤੁਹਾਨੂੰ ਪਤਾ ਵਾ ਉਹ ਜਿਹੜਾ ਦਰਜਾ ਹਰਾਰਤ ਬਰਦਾਸ਼ਤ ਕਰ ਲੈਂਦੇ ਆ ਜਾਨਵਰ ਅੱਛਾ ਜੀ ਇਹ ਪੁਸ਼ਪਾ ਹੈਗਾ 20 ਲੱਖ ਦਾ 20 ਲੱਖ ਰੁਪਏ ਦਾ ਪੁਸ਼ਪਾ ਵਾ ਉਹ ਪਰਲਾ ਪਰਵਾ ਭਾਈ ਕਰਨ ਅਰਜੁਨ ਮੈਂ ਰੱਖੇ ਨਾ ਇਹਨਾਂ ਦੇ ਆਪੇ ਹਾਂਜੀ ਕਰਨ ਅਰਜੁਨ ਹਾਂਜੀ ਇਹਦੀ ਕੀ ਕੀਮਤ ਹੈ ਉਹਦੀ ਵੀ 20 ਲੱਖ ਰੁਪਈਆ ਹੈ ਉਹਦੀ ਵੀ 20 ਹਾਂਜੀ 6 ਫਿਲਮਾਂ ਕਾਸਟ ਕੀਤੀਆਂ ਉਹਨੇ 6 20 ਲੱਖ 20 ਤੋਂ ਘੱਟ ਹੀ ਕੋਈ ਨਹੀਂ ਭਾਈ ਇਹ ਭਾਜੀ ਵੀ ਨਾਲ ਹੀ ਨੇ ਹਾਂਜੀ ਇਹ ਭਾਈ ਯਕੂਬ ਅਸੀਂ ਇਕੱਠੇ ਹੁੰਦੇ ਹਾਂ ਜੀ ਇਹਨਾਂ ਦੀ ਇਹ ਭਾਜੀ ਇਹਦੇ ਵਾਲ ਝੜਦੇ ਆ ਹਾਂਜੀ ਝੜਦੇ ਆ ਇਹਦੇ ਵੀ ਝੜਦਾ ਇਹਦੇ ਵੀ ਝੜਦਾ ਆ ਉਹ ਯਾਰ ਝੜਦੇ ਨਹੀਂ ਵਾਲ ਜਿਹੜੇ ਜਾਨਵਰ ਹੁੰਦੇ ਆ ਉਹਨਾਂ ਦੇ ਲੈਂਦੇ ਹੁੰਦੇ ਆ ਇੰਨੇ ਅੱਛਾ ਨਵੇਂ ਆ ਜਾਂਦੇ ਹੁੰਦੇ ਨੇ ਇਹ ਕਰਨ ਅਰਜਨ ਆ ਨਾ ਇਹਦੇ ਝੜਨੇ ਹੀ ਝੜਨੇ ਆ ਹਾਂਜੀ ਦੱਸੋ ਕੀ ਕਹਿੰਦੇ ਹੋ ਤੁਸੀਂ 20 ਲੱਖ ਜ਼ਿਆਦਾ ਯਾਰ ਇਹਨੇ ਤੇ ਮੈਂ ਇਹਦੇ ਜਾਣਾ ਵੀ ਵੱਡੇ ਟਰਾਲੇ 'ਚ ਮੈਨੂੰ ਲੱਗਦਾ ਜਿੱਡੀ ਇਹਦੀ ਤਾਕਤ ਆ ਤੂੰ ਪਹਿਲਾਂ ਟਰਾਲੇ ਦਾ ਕਿਰਾਇਆ ਜਿਹੜਾ ਵਾ ਨਾ ਉਹ ਕਰ ਲਾ ਫਿਰ ਆ ਜੀ ਇਹ ਕਿੰਨੇ ਸਾਲ 'ਚ ਇੰਨੀ ਗਰੋਥ ਇਹਦੀ ਵੱਧਦੀ ਹੈਗੀ ਕਿੰਨੇ ਕੁ ਸਾਲਾਂ ਦੇ ਵਿੱਚ ਭਾਈ ਇਹ ਕਮ ਸੇ ਕਮ 3 ਸਾਲ ਲੱਗ ਜਾਂਦੇ ਆ ਇਹਨੂੰ ਪਾਲਦੇ ਆ ਤੇ ਤੂੰ 3 ਸਾਲ ਇਹਦੇ ਨਾਲ ਹੀ ਰਹਿੰਦਾ ਫਿਰ ਨਾਲ ਹੀ ਰਹਿੰਦਾ ਮੈਂ ਹੋਰ ਵੀ ਕੰਮ ਕਰਦਾ ਕਿ ਮੈਂ ਇਹਦੇ ਨਾਲ ਗਿੱਟੇ ਨਾਲ ਬੱਜਾ ਰਹਿੰਦਾ ਅਸੀਂ ਸਾਂਭਣਾ ਹੀ ਹੁੰਦਾ ਵਾ ਸਾਂਭ ਕੇ ਫਿਰ ਅਸੀਂ ਇਹਨਾਂ ਦਾ ਆ ਦੇਖੋ ਨਾ ਮਾਸ਼ਾਅੱਲਾ ਕੱਦ ਦੇਖਦੇ ਆ ਇਹਦਾ ਕਰਨ ਅਰਜੁਨ ਦਾ ਉਹ ਮੈਂ ਰਿਸ਼ਤਾ ਦੇਣਾ ਮੈਨੂੰ ਕਾਹਦੀ ਕੱਦ ਪੁੱਦ ਪੁੱਛਣ ਮੈਂ ਤਾਂ ਲੈਣਾ ਕੁਰਬਾਨੀ ਲਈ ਭਾਜੀ ਤੂੰ ਕਿਤੇ ਅੱਖ ਵੇਖੋ ਜੀ ਭਾਈ ਤੁਸੀਂ ਦੇਖਦੇ ਨਹੀਂ ਲੋਕ ਆ ਕੇ ਜਾਨਵਰ ਦਾ ਕੱਦ ਬਹੁਤ ਦੇਖਦੇ ਆ ਉਹਦੀ ਫਿਜ਼ੀਕ ਦੇਖਦੇ ਆ ਵੀ ਕਿਸ ਤਰ੍ਹਾਂ ਦੀ ਹੈ ਕੱਦ ਤੇ ਮਾਸ਼ਾਅੱਲਾ ਇੰਨਾ ਕਿ ਬੰਦਾ ਉਧਰ ਨਹੀਂ ਵੇਖ ਸਕਦਾ ਹਾਂ ਇਹਦੇ ਥੱਲੋਂ ਵੀ ਪਤਾ ਲੱਗ ਸਕਦਾ ਹਨਾ ਯਾਰ ਤੂੰ ਉਹਦੇ ਨਾਲ ਖੇਡਾਂ ਖੇਡਣ ਡਿਆ ਵਾ ਤੂੰ ਰੇਟ ਕਰ ਜੇ ਤੈਨੂੰ ਪਸੰਦ ਗੋਸ਼ਟ ਕਿੰਨਾ ਨਿਕਲ ਗਿਆ ਇੱਕ ਚੋਂ ਕਿੰਨੇ ਯਾਰ ਤੂੰ ਪਹਿਲਾਂ ਗੋਸ਼ਟ ਜਿੰਦੇ ਦਾ ਕੱਢ ਲਾ ਰੇਟ ਬਾਅਦ 'ਚ ਕਰੀ ਨਹੀਂ ਪੁੱਛਣਾ ਨਹੀਂ ਹੁੰਦਾ ਯਾਰ ਜ਼ਾਹਰ ਹੈ ਬਰਾਦਰੀ 'ਚ ਲੈ ਕੇ ਜਾਣਾ ਅਗਲਾ ਪਤਾ ਕਿ ਜਾਨਵਰ ਲੈ ਕੇ ਆਇਆ ਕੋਈ ਬਰਾਦਰੀ 'ਚ ਤੇਰੀ ਅੱਗੇ ਇੱਜ਼ਤ ਨਹੀਂ ਹੈਗੀ ਤੇ ਇਹਦੇ ਨਾਲ ਬਣ ਜੂਗੀ ਇਹਦੇ ਨਾਲ ਬਣ ਜਾਂਦੀ ਅੱਜ ਕੱਲ੍ਹ ਭਾਈ ਬੱਚਿਆਂ ਦਾ ਸ਼ੌਕ ਹੁੰਦਾ 3 ਸਾਲ 'ਚ ਤੁਸੀਂ ਪਾਲਿਆ ਜ਼ਾਹਰ ਹੈ ਉਹਦਾ ਇੱਕ ਦਿਨ ਦਾ ਕਿੰਨਾ ਖਰਚਾ ਇਹਦਾ ਚਲੋ ਖਰਚਾ ਯਾਰ ਤੂੰ ਇਹਨੂੰ ਤਲਾਕ ਦੇਣੀ ਆ ਵੀ ਖਰਚਾ ਤਾਂ ਬਾਅਦ 'ਚ ਯਾਰ ਉਹ ਤਲਾਕ ਤੇਰੇ ਜ਼ਿੰਮੇ ਆਉਣਾ ਖਰਚਾ ਇਹਦਾ ਉਹ ਖਵਾਉਣਾ ਨਹੀਂ ਰੋਜ਼ ਦਾ ਉਹਨੂੰ ਹੈਂ ਖਵਾਉਣਾ ਨਹੀਂ ਮੈਂ ਰੋਜ਼ ਦਾ ਉਹ ਭਾਈ 2500-3000 ਰੁਪਇਆ ਰੋਜ਼ ਦਾ ਖਰਚਾ ਇੱਕ ਜਾਨਵਰ ਦਾ ਉਹ ਇਹਦਾ ਹੀ ਕਹਿੰਦੇ ਆ ਵਾ ਹੋਰ 200 ਰੁਪਈਆ ਮੇਰਾ ਅੱਬਾ ਮੈਨੂੰ ਦਿੰਦਾ ਤੇ ਇਹਨੂੰ ਮੈਂ 2500 ਕਿੱਥੋਂ ਦਾਂਗਾ ਤੁਸੀਂ ਵੀ ਕੋਈ ਚਿੜੀ ਚਾੜੀ ਪਾਲ ਲਓ ਯਾਰ ਕੀ ਨਹੀਂ ਜ਼ਿਆਦਾ ਯਾਰ ਖਰਚਾ ਵੈਸੇ ਤਾਂ ਤੁਸੀਂ ਪਾਲਿਆ ਹੀ ਆ ਇੱਦਾਂ ਤਾਂ 4 ਦਿਨ ਭਾਈ ਦੇਸੀ ਘਿਓ ਖਵਾਉਂਦੇ ਆ ਮਰੱਬੇ ਖਵਾਉਂਦੇ ਆ ਪਾਸਤਾ ਪੀਜ਼ਾ ਇਹਨੂੰ ਵੀ ਖਵਾਉਂਦੇ ਆ ਹੈਂ ਆਹੋ ਇਹ ਬੜੇ ਤੁਹਾਨੂੰ ਪਤਾ ਵੀ ਸਟੈਂਡਰਡ ਦੇ ਨਵੇਂ ਜਾਨਵਰ ਆ ਇਹ ਗਲੋਰੀਆ ਜੀਨਸ ਵੀ ਜਾਂਦਾ ਮੇਰੇ ਖਿਆਲ ਤੇਰੇ ਨਾਲ ਚਾਹ ਚੂ ਪੀਣ ਉੱਥੇ ਬੈਠੇ ਹੁੰਦੇ ਇਹ ਮਾਲ ਕਿਹਨਾਂ ਦਾ ਇਹ ਡਾਕਟਰ ਤਾਹਰ ਸਾਹਿਬ ਤੇ ਡਾਕਟਰ ਉਮੈਰ ਸਾਹਿਬ ਉਹਨਾਂ ਦਾ ਮਾਲ ਆ ਅਸੀਂ ਤੇ ਮਜ਼ਦੂਰ ਆ ਭਾਜੀ ਇੱਥੇ ਮਹੀਨੇ ਤੇ ਲੱਗੇ ਮੈਂ ਤੈਨੂੰ ਕਦੋਂ ਕਹਿੰਦੇ ਆ ਤੂੰ ਮਾਲਕ ਲੱਗਣ ਹੀ ਨਹੀਂ ਦਿਆ ਤੂੰ ਕਵੇਂ ਵੀ ਤੇਰੀ ਇਹ ਦੇਖੋ ਨਾ ਇਹ ਡਾਕਟਰਾਂ ਨੇ ਕੀ ਕੰਮ ਫੜ ਲਿਆ ਯਾਰ ਡਾਕਟਰਾਂ ਨੂੰ ਉਧਰੋਂ ਘਾਟਾ ਪੈ ਗਿਆ ਵੀ ਆ ਵੀ ਪਾਲਣ ਲੱਗ ਪਏ ਯਾਰ ਜੇ ਗੁੱਜਰ ਫਿਲਮ ਬਣਾ ਸਕਦੇ ਆ ਡਾਕਟਰ ਜਾਨਵਰ ਨਹੀਂ ਪਾਲ ਸਕਦੇ ਨਹੀਂ ਮਾਸ਼ਾਅੱਲਾ ਡਾਕਟਰਾਂ ਦਾ ਕੋਈ ਸ਼ੌਕ ਹੀ ਲੱਗਦਾ ਮੈਨੂੰ ਉਹਨਾਂ ਨੂੰ ਕੋਈ ਖਾਬ ਆਈ ਸੀ ਜਾਨਵਰ ਆਇਆ ਉਹਨਾਂ ਦੇ ਜ਼ਿਹਨ 'ਚ ਉਹਨਾਂ ਨੇ ਸਵੇਰ ਉੱਠ ਕੇ ਕੈਟਲ ਪਾ ਲਿਆ ਇੱਥੇ ਪਤਾ ਕਰ ਲਾ ਕਿਤੇ ਡਾਕਟਰ ਨੇ ਟੀਕੇ ਲਾ ਕੇ ਤਾਂ ਨਹੀਂ ਵੱਡਾ ਕੀਤਾ ਨਹੀਂ ਡਾਕਟਰ ਤੂੰ ਅਨਪੜ੍ਹ ਆਦਮੀ ਆ ਵੈਟਰਨਰੀ ਡਾਕਟਰ ਵੀ ਹੁੰਦੇ ਆ ਜ਼ਰੂਰੀ ਨਹੀਂ ਕਿ ਦੂਸਰੇ ਡਾਕਟਰ ਹੁੰਦੇ ਆ ਵੀ ਜਿਹੜੇ ਮੈਡੀਕਲ ਦੇ ਸਕਿਨ ਦੇ ਡਾਕਟਰ ਹਾਂਜੀ ਤੂੰ ਕਿਉਂ ਨਹੀਂ ਠੀਕ ਕਰਾਉਂਦਾ ਸਕਿਨ ਆਪਣੀ ਯਾਰ ਠੀਕ ਹੀ ਆ ਮੇਰੀ ਸਕਿਨ ਨੂੰ ਕੀ ਹੈ ਅੱਛਾ ਇਹ ਕਰਨ ਅਰਜਨ ਆ ਆ ਜੀ ਇਹ ਕਰਨ ਅਰਜਨ ਜੀ ਇਹਦਾ 20 ਲੱਖ ਰੁਪਈਆ ਹਾਂਜੀ ਇਹਦਾ ਕੀ ਨੰਬਰ ਹੈਗਾ ਉਹ ਨੰਬਰ ਤੂੰ ਫੋਨ ਕਰਨਾ ਉਹਨੂੰ ਤੂੰ ਰੇਟ ਕਰ ਉਹਨੂੰ ਲੱਗੇ ਨਹੀਂ ਟੈਗ ਨਹੀਂ ਲੱਗੇ ਉਹ ਟੈਗ ਸਭ ਦੇ ਲੱਗੇ ਆ ਵੀ ਤੂੰ ਆਪਣਾ ਰੇਟ ਕਰ ਜੇ ਤੇ ਕਰਨਾ ਵਾ ਨੰਬਰ ਉਹਦਾ ਪੁੱਛਦਾ ਤੂੰ ਉਹਦੀ ਦਾਵਤ ਕਰਨੀ ਇਹਨੂੰ ਟਰੈਕਰ ਲੱਗਾ ਇਹ ਦੌੜ ਜੂ ਜਾਵੇ ਰੱਸੀ ਛਡਾ ਕੇ ਤਾਂ ਮੈਂ ਕਿੱਥੇ ਲੱਭਦਾ ਫਿਰਾਂ ਯਾਰ ਜਾਇਜ਼ ਵਾਲਿਆਂ ਦਾ ਵਿਹੜਾ ਵਾ ਕਿਹੜਾ ਟਰੈਕਟਰ ਲਾ ਦਾਂ ਇਹਨੂੰ ਮੈਂ ਨਹੀਂ ਉਹ ਟਰੈਕ ਗੱਡੀਆਂ ਨੂੰ ਵੀ ਲੱਗਾ ਹੁੰਦਾ ਬੰਦਾ ਟਰੇਸ ਕਰ ਲੈਂਦਾ ਗੈਸ ਵੇਲੇ ਮੇਰਾ ਵਿਹੜਾ ਕਿੱਥੇ ਖਲੋਤਾ ਭਾਈ ਜਦੀਦ ਦੌਰਾ ਡਾਕਟਰ ਸਾਹਿਬ ਕੋ ਨਾ ਉਹ ਸਾਰੀ ਇੱਥੇ ਜਿਹੜਾ ਅਸੀਂ ਹਰਕਤਾਂ ਕਰਦੇ ਨਾ ਮਾੜੀਆਂ ਚੰਗੀਆਂ ਉਹ ਫੋਨ ਤੇ ਸਾਰਾ ਕੁਝ ਪਹੁੰਚਦੇ ਆ ਚੋਰੀ ਲੱਗੇ ਇਹੋ ਜਿਹੀਆਂ ਕਰੀਆਂ ਨਾ ਕਰੋ ਆ ਚੋਰੀ ਲੱਸੀ ਇੰਨੀ ਪੀਂਦਾ ਫੌਰੀ ਡਾਕਟਰ ਕੋ ਪਹੁੰਚ ਜਾਂਦੀ ਹੈ
ਕਿਉਂ ਯਕੂਬ ਭਾਈ ਠੀਕ ਕਹਿ ਰਹੇ ਠੀਕ ਕਹਿ ਰਹੇ ਭਾਈ ਯਕੂਬ ਕਿੰਨੀ ਮਿਹਨਤ ਕਰਦੇ ਹਾਂ ਅਸੀਂ ਬਹੁਤ ਜ਼ਿਆਦਾ ਤੇ ਇਹਨਾਂ ਨੂੰ ਫੇਰ ਜਾ ਕੇ ਇਹ ਪੂਰੀ ਦੁਨੀਆ ਤੇ ਫਿਰ ਫਸਟ ਸੈਕਿੰਡ ਆਉਂਦੇ ਆ ਸਾਡੇ ਜਾਨਵਰ ਜਿਹੜੇ ਹਾਂ ਇਹਨਾਂ ਦੀ ਹੁੰਦੀ ਆ ਕੈਟਵਾਕ ਹੁੰਦੀ ਆ ਇਹਨਾਂ ਦੀ ਉਹ ਕੈਟਵਾਕ ਲੀਨਾ ਜੁਲੀ ਆ ਵੈਸੇ ਤੁਰ ਕੇ ਦੇਖਦੇ ਆ ਉਹਨਾਂ ਨੂੰ ਨਹੀਂ ਦੁਬੰਗ ਆ ਵੈਸੇ ਉਹ ਵੀ ਪਰਲੇ ਵੀ ਚੈੱਕ ਕਰਾ ਦੇ ਕਿਉਂ ਵਿਕ ਗਿਆ ਨਹੀਂ ਤੂੰ ਚੈੱਕ ਹੀ ਕਰਨ ਆਇਆ ਵਾ ਕਿ ਕੁਛ ਲੈਣਾ ਵੀ ਆ ਯਾਰ ਫਿਰ ਤੁਰ ਕੇ ਸੌਦਾ ਲਈਦਾ ਮੈਂ ਤਾਂ ਐਡੀ ਦੂਰੋਂ ਆਇਆ ਲਾਹੌਰੋਂ ਆਇਆ ਇੱਥੇ ਆ ਲੁੱਡਣ ਪਿੰਡ ਕਿੰਨੇ ਤੈਨੂੰ ਐਡੀ ਦੂਰੋਂ ਆ ਕੇ ਕਹਿਤਾ ਵੀ ਤੂੰ ਇੱਥੇ ਤੱਕ ਆ ਉਹਨਾਂ ਦਾ ਹੈਗਾ ਐਪ ਹੈਗੀ ਉਹ ਤੁਸੀਂ ਉਹ ਲੋਕੇਸ਼ਨ ਪਾਓ ਇੱਥੇ ਆ ਜਾਂਦਾ ਬੰਦਾ ਸ਼ਲਟੀ ਪਾਈ ਹੈ ਐਪ ਹੁੰਦੀ ਹੈ ਐਪ ਕਹੀ ਜਾਂਦਾ ਜਾ ਕੇ ਤੇ ਆਪਣੇ ਐਪ ਧੋ ਜਾ ਕੇ ਚਲੋ ਇੱਧਰ ਆਓ ਉਹ ਪਰਲੀ ਵੀ ਦਿਖਾਓ ਆ ਜਾਓ ਭਾਅ ਜੀ ਦੇਖ ਲਓ ਅੱਛਾ ਐਪ ਪੁਸ਼ਪਾ ਉਹ ਕਰਨ ਅਰਜਨ ਆ ਹਾਂਜੀ ਇਹਦਾ ਕੀ ਨਾਂ ਜੀ ਇਹਦਾ ਨਾਂ ਅਜੇ ਆ ਜੀ ਹੈ ਅਜੇ ਇਹ ਅਜੇ ਇੱਥੇ ਹੀ ਆ ਇੱਥੇ ਹੀ ਆ ਅਜੇ ਜਿੰਨੀ ਦੇਰ ਵਿਕਦਾ ਨਹੀਂ ਗਾ ਅਜੇ ਇੱਥੇ ਹੀ ਆ ਕੀ ਨਾਂ ਇਹਦਾ ਅਜੇ ਮਲਕ ਅਜੇ ਮਲਕ ਮਾਸ਼ਾ ਅੱਲਾ ਇਹ ਥੋੜ੍ਹਾ ਜਿਹਾ ਛੋਟਾ ਲੱਗਦਾ ਉਹਦੇ ਨਾਲੋਂ ਮੈਨੂੰ ਕੀ ਗੱਲ ਆ ਉਹ ਵੇਖ ਨਾ ਮਾਸ਼ਾ ਅੱਲਾ ਉਹ ਉੱਥੇ ਆ ਨਹੀਂ ਤੂੰ ਡੇਟ ਆਫ ਬਰਥ ਦੇਖੀ ਇਹਦੀ ਵੀ ਉਹਦੇ ਨਾਲ ਛੋਟਾ ਨਹੀਂ ਵਜ਼ਨ 'ਚ ਫਰਕ ਹੁੰਦਾ ਕੱਦ ਕਾਠ 'ਚ ਵੀ ਆ ਉਹਦੀ ਗ੍ਰੋਥ 'ਚ ਹੀ ਫਰਕ ਆ ਭਾਈ ਇਹਨੂੰ ਪਾਲ ਰਹੇ ਆ ਨਾ ਇਹਨੂੰ ਜਦੋਂ ਦੇਸੀ ਘਿਓ ਇਹਨੂੰ ਦੇਣਾ ਵਾ ਓਏ ਉਹਨੂੰ ਦੇਈ ਜਾਂਦਾ ਮਰੇ ਆਪ ਹੀ ਭੋਰਾ ਖਾ ਲਿਆ ਕਰ ਵਿੱਚੋਂ ਉਹ ਕੈਮਰੇ ਲੱਗੇ ਹੁੰਦੇ ਆ ਡਾਕਟਰ ਤਾਹਰ ਸਾਹਿਬ ਇੱਕ ਮਿੰਟ ਤੋਂ ਪਹਿਲਾਂ ਲੋਕੇਸ਼ਨ ਲੱਭ ਲੈਂਦੇ ਬੰਦੇ ਦੀ ਕੀ ਕਰਨ ਦਾ ਕਿੰਨੇ ਘਿਓ ਖਾਦਾ ਕਿੰਨੇ ਘਿਓ ਖਾਦਾ ਵਾ ਮੂੰਹ ਪਛਾਣ ਲੈਂਦੇ ਅੱਛਾ ਜੀ ਅਜੇ ਦਾ ਕੀ ਲੈਣਾ ਤੁਸੀਂ ਮੈਨੂੰ ਅਜੇ ਹੀ ਦੱਸ ਦਿਓ 18 ਲੱਖ ਰੁਪਇਆ ਭਾਈ ਦੋ ਬੜਾ ਘਟਾਇਆ ਬਾਈ ਤੂੰ ਦੱਸੋ ਤੁਹਾਨੂੰ ਬਾਰੇ 'ਚ ਤੁਸੀਂ ਵੀ ਮੂੰਹੋਂ ਫੁੱਟੋ ਵੀ ਕੋਈ ਕਿੰਨਾ ਲਾਉਣਾ ਵਾ ਵਜ਼ਨ ਕਿੰਨਾ ਇਹਦਾ ਮੈਨੂੰ ਵਜ਼ਨ ਦੱਸ ਯਾਰ ਵਜ਼ਨ ਤੈਨੂੰ ਚੁਕਾ ਕੇ ਦਿਖਾ ਨਾ ਪਹਿਲਾਂ ਵਜ਼ਨ ਮੋਢੇ ਤੇ ਰੱਖ ਲੈ ਵਜ਼ਨ ਧੋ ਲੈ ਇਹਦਾ ਪਹਿਲਾਂ ਰੇਟ ਤੇ ਕਰ ਲੈ ਇੰਜ ਹੱਥ ਲਾ ਕੇ ਦੱਸ ਦਿੰਦੇ ਅਗਲੇ ਕਿ ਭਾਜੀ ਇੰਨਾ ਕੁ ਨਿਕਲ ਆਏਗਾ ਉਹ ਬੱਕਰੀਆਂ ਭੇਡਾਂ ਦਾ ਦੱਸਦੇ ਆ ਤੇਰੀ ਅਰਗੀਆਂ ਜਿਹੜੀਆਂ ਹੁੰਦੀਆਂ ਪਤਾ ਲੱਗ ਜਾਂਦਾ ਘੁੱਟ ਕੇ ਇਹਦਾ ਨਹੀਂ ਪਤਾ ਤੁਹਾਨੂੰ ਇਹਦਾ ਕਿੱਥੇ ਪਤਾ ਲੱਗਣਾ ਵੇ ਤੇ ਕੰਡੇ ਤੇ ਜਾ ਕੇ ਪਤਾ ਲੱਗਦਾ ਜਾਂ ਕਸਾਈ ਨੂੰ ਪਤਾ ਲੱਗਦਾ ਉਹ ਕਸਾਈ ਤੇ ਇੱਕੇ ਨੂੰ ਕਾਬੂ ਨਹੀਂ ਪਾ ਸਕਦਾ ਇਹਨੂੰ ਸੁੱਟਣਾ ਕਿੰਨੇ ਉੱਥੇ ਯਾਰ ਤੂੰ ਕਰਨ ਤੋਂ ਪਹਿਲਾਂ 10 ਵੀ ਕਸਾਈਆਂ ਨਾਲ ਗੱਲ ਕਰ ਲੈ ਪਹਿਲਾਂ ਲੈ ਤੇ ਲੈ ਉਹ ਮਰੇ ਜਿੱਡਾ ਦਾ ਸਾਡਾ ਟੱਬਰ ਆ ਇਹਨੇ ਤਾਂ ਸਾਰਿਆਂ ਨੂੰ ਸੁੱਟ ਦੇਣਾ ਉੱਥੇ ਫਿਰ ਹੁਣ ਕੀ ਹੱਲ ਕਰੀਏ ਨਾਲ ਕਸਾਈ ਭੇਜਦੀ ਹੈ ਹਾਂ ਨਾਲ ਕਸਾਈ ਵੀ ਚਾਹੀਦਾ ਨਾਲ ਬੰਦਾ ਇਹਨੂੰ ਸਾਂਭਣ ਲਈ ਵੀ ਮੈਨੂੰ ਚਾਹੀਦਾ ਉਹ ਸਾਂਭਣ ਲਈ ਚਾਹੀਦਾ ਐਡਾ ਤੂੰ ਰਈਸ ਨਹੀਂ ਲੱਗਣ ਡਿਆ ਮੈਨੂੰ ਜਿਹੜਾ ਉਹ ਬੱਚਿਆਂ ਨੇ ਖੇਡਣਾ ਹੁੰਦਾ ਨਾਲ ਜਿਹੜਾ 4-5 ਦਿਨ ਪਹਿਲੇ ਖੇਡਣਗੇ ਜ਼ਰਾ ਬੈਡਮਿੰਟਨ ਖੇਡਣੀ ਇਹਦੇ ਨਾਲ ਅੱਛਾ ਇਹ ਅਜੇ ਆ ਹਾਂਜੀ ਇਹਦਾ ਅਜੇ ਆ ਨਾਲ ਉਹ ਪਰੇ ਕਾਜਲ ਖਲੋਤੀ ਉਹ ਖਲੋ ਜਾ ਕਾਜਲ ਕਿਹੜੀ ਆ ਗਈ ਕਿੱਥੇ ਉਹਨੂੰ ਛੜੇ ਨੂੰ ਵਿਆਹੀ ਜਾਣ ਡਿਆ ਨਹੀਂ ਨਹੀਂ ਅਜੇ ਵੈਸੇ ਅਜੇ ਦੀ ਸ਼ਾਦੀ ਹੋਈ ਭਾਈ ਜਾਨਵਰਾਂ ਦੇ ਵੈਸੇ ਪਿਆਰ ਨਾਲ ਨਾਂ ਰੱਖੇ ਹੁੰਦੇ ਆ ਅਸੀਂ ਅੱਛਾ ਅੱਛਾ ਮਾਸ਼ਾਅੱਲਾ ਹੁਣ ਦੱਸੋ 18 ਲੱਖ ਰੁਪਇਆ ਤੁਹਾਨੂੰ ਅੱਗੇ ਗੱਲ ਤੇ ਕਰੋ ਕੋਈ 18 ਹੈ ਯਾਰ ਇਹਦੇ ਨਾਲ ਇੱਕ ਦੋ ਤਸਵੀਰਾਂ ਲਾ ਲਵਾਂ ਮੈਂ ਘਰ ਸੁੱਟਾਂ ਜ਼ਰਾ ਤੂੰ ਘਰੋਂ ਤਸਵੀਰਾਂ ਹੀ ਲਵਾਉਣ ਆਇਆ ਮੈਨੂੰ ਲੱਗਦਾ ਨਹੀਂ ਨਹੀਂ ਲਵਾਂਗੇ ਵੀ ਯਾਰ ਲਵਾਂਗਾ ਮੈਂ ਗੱਡੀ ਲੈ ਕੇ ਆਇਆ ਟਰੱਕ ਲੈ ਕੇ ਆਇਆ ਪੂਰਾ ਕਾਹਦੇ ਵਾਸਤੇ ਬਜਰੀ ਲੈ ਕੇ ਜਾਣੀ ਹੈ ਉਹ ਇਹ ਹੀ ਲੈ ਕੇ ਜਾਣਾ ਇੱਥੋਂ ਮੈਂ ਉਹ ਤੂੰ ਰੇਟ ਤੇ ਕਰ ਭਾ ਤੈਨੂੰ ਤੀਸਰਾ ਜਾਨਵਰ ਮੈਨੂੰ ਦੱਸਦਾ ਉਹ 20 ਲੱਖ ਦੇ 18 ਲੱਖ ਦੇ ਆ ਹਾਂ ਹਾਂ ਤੇ ਐਡੀ ਦੂਰੋਂ ਮੈਂ ਆਇਆ ਤੂੰ ਨਾ ਕੋਈ ਚਾਹ ਨਾ ਪਾਣੀ ਕੋਈ ਲੱਸੀ ਪਹਿਲਾਂ ਕਮਰਾ ਬੁੱਕ ਕਰਾ ਦਾਂ ਹੋਟਲ 'ਚ ਤੇਰੇ ਲਈ ਯਾਰ ਇਹ ਇਹਨਾਂ ਦਾ ਕੋਈ ਬੱਚਿਆ ਮੁਰੱਬਾ ਨਹੀਂ ਪਿਆ ਉਹ ਹੀ ਮਿੰਦੇ ਦੇ ਤੂੰ ਵਿਹੜਾ ਲੈਣ ਆਇਆ ਪਹਿਲਾਂ ਤੈਨੂੰ ਹਾਈਟ ਹੀ ਕਰਾਵਾਂ ਫਿਰ ਤੇ ਨਾਲ ਰੇਟ ਕਰਾਂ ਹਾਈਟ ਹੀ ਦਾ ਵੀ ਤੈਨੂੰ ਪਤਾ ਬੜੀ ਗੱਲ ਆ ਯਾਰ ਡਾਕਟਰ ਦਾ ਮੁਲਾਜ਼ਮ ਆ ਨਾ ਇੱਧਰ ਆ ਇਹਦਾ ਹਿਸਾਬ ਕੀ ਭਾਅ ਜੀ ਇਹਦਾ ਭਾਈ 3500 ਤੇਰੇ ਕੋਲ ਲੈਣਾ ਉਹਨੇ ਹਿਸਾਬ ਕਿਹੜਾ ਉਹ ਹਿਸਾਬ ਕਿਹੜਾ ਹੁੰਦਾ ਵਾ ਵੀ ਤੂੰ ਯਾਰ ਅੱਗੇ ਤੇ ਜਾ ਯਾਰ ਆਰਾਮ ਨਾ ਬਹਿਓ ਹੈਲੋ ਨਹੀਂ ਮੈਂ ਕਿਹਾ ਕੋਲ ਤੇ ਜਾ ਕੇ ਹਾਂ ਮੈਂ ਵੀ ਜਾਣਾ ਮੁੜ ਕੇ ਜਾਨਵਰ ਆ ਜਾਨਵਰ ਨੂੰ ਕੋਈ ਪਤਾ ਲੱਗਦਾ ਉਹਨੂੰ ਵੀ ਇਹ ਭਾਵੇਂ ਮਾਲਕ ਨੂੰ ਮਾਰ ਜਾਨਵਰਾਂ 'ਚ ਰਹਿ ਕੇ ਬੰਦਾ ਜਾਨਵਰ ਹੀ ਹੋ ਜਾਂਦਾ ਇੱਧਰ ਸੇ ਯਾਰ ਕੋ ਅਕਲ ਕਰ ਅਕਲ ਕਰ ਆ ਡਾਕਟਰ ਸਾਹਿਬ ਦਾ ਮੈਨੂੰ ਲਿਆ ਦੇਣਾ ਨਾ ਹੋਵੇ ਤਾਂ ਮੈਂ ਤੈਨੂੰ ਹੁਣੇ ਨਾ ਇੱਥੇ ਗੱਲ ਵੀ ਨਾ ਕਰਨ ਦਵਾਂ ਚੱਲ ਜੀ ਇਹ ਵੀ ਚੰਗਾ ਪਾਲਿਆ ਹਾਂਜੀ ਹਾਂਜੀ ਇਹ ਕਿੰਨੇ ਦਾ ਭਾਜੀ ਭਾਜੀ ਇਹ 22 ਲੱਖ ਰੁਪਏ ਦਾ ਹੈਂ 22 ਲੱਖ ਇਹਦਾ ਕੀ ਨਾਂ ਇਹਦਾ ਨਾਂ ਭਾਜੀ ਜੌਨ ਆ ਪਿਆਰ ਨਾਲ ਜੌਨ ਕਹਿੰਦਾ ਜੌਨ ਇਬਰਾਹਿਮ ਜੌਨ ਇਬਰਾਹਿਮ ਤੁਹਾਨੂੰ ਪਤਾ ਫਿਲਮਾਂ ਦਾ ਮਸ਼ਹੂਰ ਆ ਉਹਦਾ ਕੱਦ ਕਾਠ ਦੇਖੋ ਇਹਦੀ ਬਾਡੀ ਲੈਵਲ 'ਤੇ ਇਹਦਾ ਮੈਂ ਨਾਂ ਰੱਖਿਆ ਵਾ ਜੌਨ ਇਬਰਾਹਿਮ ਯਾਰ ਮਾਸ਼ਾਅੱਲਾ ਅੱਛੇ ਹੈਗੇ ਇਹ ਜਿਮ ਸ਼ਿਮ ਵੀ ਕਰਦੇ ਆ ਤੂੰ ਵੀ ਕਰ ਲਾ ਕਿਤੇ ਜਿਮ ਸ਼ਿਮ ਘਰ ਫੂਕ ਨਹੀਂ ਚੁੱਕ ਲਾ ਉਹਦੇ ਥੱਲੇ ਆ ਜਾਣਾ ਤੂੰ ਨਹੀਂ ਇੰਨੇ ਪਲੇ ਮਾਸ਼ਾਅੱਲਾ ਆ ਦੇਖੋ ਤੁਸੀਂ ਜਾਨਵਰ ਤੇ ਮਾਸ਼ਾਅੱਲਾ ਦੇਖੋ ਸਾਡੇ ਦੇਖਣ ਹੀ ਦਿਆਂ ਮੈਂ ਆਨਾ ਵਾਂ ਇਹ ਵੀ ਲੈਣ ਆਏ ਮੇਰਾ ਖਿਆਲ ਉਹ ਨਹੀਂ ਭਾਈ ਓਨਰ ਨੇ ਉਹ ਐਵੇਂ ਲੈਣ ਆਏ ਡਾਕਟਰ ਸਾਹਿਬ ਨੇ ਹਾਂਜੀ ਡਾਕਟਰ ਤਾਹਰ ਸਾਹਿਬ ਉਹ ਡਾਕਟਰ ਸਾਹਿਬ ਕਿਵੇਂ ਆ ਠੀਕ ਹੈ ਮਾਸ਼ਾਅੱਲਾ ਡਾਕਟਰ ਤਾਹਰ ਸਾਹਿਬ ਡਾਕਟਰ ਉਮੈਰ ਸਾਹਿਬ ਇਹ ਓਨਰ ਨੇ ਸਾਰੇ ਇਸ ਬੜੀ ਗੱਲ ਆ ਜੀ ਆਪਣੀ ਇਹ ਡਾਕਟਰ ਸਾਹਿਬ ਤੁਹਾਨੂੰ ਸ਼ੌਕ ਕਿਸ ਤਰ੍ਹਾਂ ਪੈ ਗਿਆ ਵੀ ਇਹ ਪਾਲੀਏ ਇਹਨਾਂ ਨੂੰ ਮੈਂ ਜਦੋਂ ਦਾ ਸੁਣਿਆ ਨਾ ਗਾਣਾ ਗੁਜਰਾ ਆਵੇ ਆਹੋ ਮੈਂ ਕਿਹਾ ਸਕੋਪ ਬੜਾ ਗੁਜਰਦਾ
ਬਰੀਫ ਕੀਤਾ ਵਾ ਕਿੱਥੇ ਤੱਕ ਵੇਚਣਾ ਨਹੀਂ ਇਹਦਾ ਵਜ਼ਨ ਕਿੰਨਾ ਮੈਨੂੰ ਵਜ਼ਨ ਕੱਪੜੇ ਲਵਾ ਲਾ ਉਹਦੇ ਇਹ ਲੈ ਲਈ ਚਾਰ ਜਾਨਵਰ ਦਿਖਾਤਿਆ ਕੋਈ ਆਪਣਾ ਮੂੰਹੋਂ ਵੀ ਦੱਸ ਵੀ ਕਿਹੜੇ ਕੀ ਬਾਰੇ ਚ ਪੰਜਾਹ ਸੱਠ ਹਜ਼ਾਰ ਰੁਪਏ ਦਾ ਕੋਈ ਲੱਭ ਜਾ ਨਾ ਕੀ ਲੱਭ ਜਾ ਤੈਨੂੰ ਜਾਨਵਰ ਇਹਦੇ ਪਾਏ ਲੈ ਜਾਈ ਜਦੋਂ ਹਲਾਲ ਕਰ ਲੂ ਨਾ ਕੋਈ ਨਹੀਂ ਇਹ ਤਾਂ ਬਹੁਤ ਮਹਿੰਗੇ ਇੱਕ ਖੂਨ ਦੀ ਬਾਲਟੀ ਲੈ ਲਈ ਆਪਣੀ ਨਾਲੀ ਥਾਣੀ ਰੋਲ ਲਈ ਕਹੀਂ ਮੈਂ ਹੀ ਕੁਰਬਾਨ ਕੀਤਾ ਪਾਗਲ ਹੋਇਆ ਤੂੰ ਯਾਰ ਇਹ ਜ਼ਿਆਦਾ ਪੈਸੇ ਤੂੰ ਮੰਗ ਰਿਹਾ ਸੱਠ ਹਜ਼ਾਰ ਰੁਪਏ ਦਾ ਤੈਨੂੰ ਜਾਨਵਰ ਲੱਭਦਾ ਫਿਰਦਾ ਉਹ ਸਾਫ਼ ਕਦ ਲਈ ਕਰ ਰਿਹਾ ਉਹ ਕਿਤੇ ਚੱਲਾ ਉਹ ਇਹ ਝਾਂਜਰਾ ਝੁੰਜਰਾ ਪਾ ਕੇ ਦੇਗਾ ਗਾਨੀ ਸ਼ਾਨੀ ਹਰ ਚੀਜ਼ ਨਹੀਂ ਨੈਕਲੈਸ ਵੀ ਪਾ ਕੇ ਦਊ ਔਰ ਇਹਨੂੰ ਸੁਰਖੀ ਪਾਊਡਰ ਵੀ ਲਾ ਕੇ ਦੇਵਾਂਗੇ ਨੀਲ ਪਾਲਿਸ਼ ਵੀ ਲਾ ਕੇ ਦਾ ਉਹ ਤੂੰ ਆਪ ਲੈਣੀ ਸ਼ੌਕ ਨਾ ਲੋਕ ਲੈਂਦੇ ਆ ਕੋਈ ਘੱਟ ਕਰੋ ਥੋੜ੍ਹਾ ਜਿਹਾ ਸੁਣਿਆ ਅਜੇ ਤਾਂ ਈਦ ਆਉਣੀ ਆ ਇਹਨਾਂ ਦੇ ਰੇਟ ਹੋਰ ਚੜ੍ਹਨੇ ਆ ਜਿੱਦਾਂ ਮਾਸ਼ਾਅੱਲਾ ਇਹਨਾਂ 'ਤੇ ਮਿਹਨਤ ਕਰ ਰਹੇ ਹਾਂ ਅਸੀਂ ਅਤੇ ਮਾਲ ਕਿੱਥੇ ਕਿੱਥੇ ਕਿਹੜੀਆਂ ਮੰਡੀਆਂ 'ਚ ਜਾਂਦਾ ਪੂਰੇ ਪਾਕਿਸਤਾਨ 'ਚ ਜਾਂਦਾ ਸਾਡਾ ਮਾਲ ਕਰਾਚੀ ਵੀ ਜਾਂਦਾ ਹਾਂਜੀ ਹੋਰ ਕਿੱਥੇ ਉਹ ਤੂੰ ਇੱਥੋਂ ਲੈ ਲਾ ਹੋਰ ਕਿੱਥੇ ਮੰਡੀਆਂ ਲਿਖੀ ਜਾ ਵੀ ਕਿੱਥੇ ਕਿੱਥੇ ਮਾਲ ਜਾਂਦਾ ਨਹੀਂ ਮੈਂ ਦੇਖਦਾ ਹੁੰਦਾ ਨਾ ਟੀ ਵੀ ਦੇ ਉੱਤੇ ਇਹੋ ਜਿਹੇ ਜਾਨਵਰ ਹੀ ਦਿਖਾਉਂਦੇ ਨੇ ਉਹ ਅਤੇ ਉਹ ਸੁਣਿਆ ਉੱਥੇ ਇਹਨਾਂ ਦਾ ਟੂਰਨਾਮੈਂਟ ਵੀ ਹੁੰਦਾ ਜਿਹੜਾ ਫਸਟ ਆਉਂਦਾ ਉਹਨੂੰ ਫਿਰ ਕੱਪ ਵੀ ਆਹੋ ਨਮਾਇਸ਼ ਹੁੰਦੀ ਆ ਐਗਜ਼ੀਬਿਸ਼ਨ ਹੁੰਦਾ ਵਾ ਫਿਰ ਇਹਨਾਂ ਦਾ ਦੇਖਦੇ ਆ ਵੀ ਉਹ ਚਾਲ ਕਿਹਦੀ ਅੱਛੀ ਆ ਕਿਹੜਾ ਜ਼ਿਆਦਾ ਅੱਛਾ ਪਾਲਿਆ ਗਿਆ ਵਾ ਫਿਰ ਫਸਟ ਸੈਕਿੰਡ ਥਰਡ ਵੀ ਆਉਂਦਾ ਵਾ ਫਿਰ ਉਹਨਾਂ ਨੂੰ ਇਹ ਮੈਂ ਐਸੀ 'ਤੇ ਲਵਾਂ ਨਾ ਅਤੇ ਇਹ ਮੇਰੇ ਕੋਲ ਦੋ ਅੱਗੋਂ ਦੋ ਤਿੰਨ ਇੱਦਾਂ ਤਿਕਰ ਨਹੀਂ ਮੁੱਕਣਾ ਮਾਸ਼ਾਅੱਲਾ ਜਿੱਡਾ ਜਵਾਨ ਆ ਤੂੰ ਫਿਰ ਨਾ ਕੁਰਬਾਨੀ 'ਚ ਹਿੱਸਾ ਪਾ ਲਾ ਕਿਸੇ ਨਾ ਬੱਕਰੇ 'ਤੇ ਤੂੰ ਦੋ ਚਾਰ ਕਿਲੋ ਤੇਰੇ ਵੱਲ ਆਊਗਾ ਹੀ ਨਹੀਂ ਮੇਰਾ ਸ਼ੌਕ ਹੈਗਾ ਇਹ ਤੇਰੇ ਵੱਲ ਕਿਉਂ ਆ ਰਿਹਾ ਕੋਈ ਛੋਟੇ ਨਹੀਂ ਜਾਨਵਰ ਖਲੋਤੇ ਛੋਟੇ ਕਿਹੜੇ ਤੈਨੂੰ ਦਿਖਾ ਦਾਂ ਕੁਕੜੀ ਦਿਖਾ ਦਾਂ ਕੋਈ ਨਹੀਂ ਯਾਰ ਮੈਂ ਕਹਿੰਦਾ ਕਿ ਚਲੋ ਥੋੜ੍ਹਾ ਹਲਕਾ ਹੋ ਜਾਵੇ ਨਹੀਂ ਭਾਅ ਜੀ ਰੋਹੀ ਕੈਟਲ 'ਚ ਇੱਕ ਛੋਟਾ ਜਾਨਵਰ ਅਸੀਂ ਰੱਖਦੇ ਹੀ ਨਹੀਂਗੇ ਰੂਹੀ ਕੈਟਲ ਨਾਂ ਦੇ ਅੱਛਾ ਵੈਸੇ ਹੈ ਲੁੱਡਨ ਲੁੱਡਨ ਰੂਹੀ ਕੈਟਲ ਹਾਂਜੀ ਸ਼ਹਿਰ ਸ਼ਹਿਰ ਲੁੱਡਨ 'ਚ ਇਹੋ ਜਿਹਾ ਨਾਂ ਨਹੀਂ ਹੁੰਦਾ ਜੋ ਯਾਰ ਤੁਸੀਂ ਰੱਖਿਆ ਚਲੋ ਅਤੇ ਪਿਆਰ ਨਾਲ ਅਸੀਂ ਪਾਲਦੇ ਜੋ ਆ ਫਿਰ ਉਹਨਾਂ ਦੇ ਨਾਂ ਰੱਖੇ ਅਤੇ ਇਹਦਾ ਖਾਣ ਦਾ ਟਾਈਮ ਸ਼ੈਮ ਕੀ ਹੈਗਾ ਕਿੰਨੇ ਵਜੇ ਇਹਨੂੰ ਮਤਲਬ ਸੁਬਹਾ ਇਹਨੂੰ ਜੈਮ ਦਵੀਂ ਸਕੂਲ ਜਾਣ ਲੱਗੇ ਹਾਂ ਤੋਸ਼ ਦਵੀਂ ਨਾਲ ਹੈਂ ਵੀ ਟਾਈਮ ਕਾਹਦਾ ਜਾਨਵਰ ਦਾ ਕਿਹੜਾ ਟਾਈਮ ਹੁੰਦਾ ਖਾਣ ਪੀਣ ਦਾ ਹੁੰਦਾ ਹੀ ਆ ਸਵੇਰੇ ਉੱਠ ਕੇ ਖਾਣ ਪੀਣ ਦਾ ਰੂਟੀਨ 'ਚ ਹੁੰਦਾ ਵਾ ਸੁਬਹਾ ਨੂੰ ਤੂੜੀ ਦਾਣਾ ਪਾਉਂਦੇ ਹਾਂ ਫਿਰ ਦੁਪਹਿਰ ਨੂੰ ਫਿਰ ਸ਼ਾਮ ਨੂੰ ਜਾਨਵਰਾਂ ਦਾ ਕੀ ਹੈ ਪਾਣੀ ਕਿਹੜਾ ਪੀਂਦਾ ਨੈਸਲੇ ਦਾ ਉਹ ਪਾਣੀ ਆ ਹੀ ਭਾਈ ਇੱਥੋਂ ਹੀ ਪਾਉਂਦੇ ਹਾਂ ਅਸੀਂ ਪਾਣੀ ਕਿਹੜਾ ਇਹਨੂੰ ਕਿਤੇ ਮਿਨਰਲ ਵਾਟਰ ਦੇਣਾ ਅਤੇ ਹੁਣ ਇੱਥੋਂ ਤਾਂ ਗਿਜੇ ਆ ਵਾ ਉੱਥੇ ਲਾਹੌਰ ਜਾ ਕੇ ਨਾ ਕੁਛ ਖਾਵੇ ਪੀਵੇ ਫਿਰ ਮੈਂ ਕਿਹਨੂੰ ਰੁਕਣਾ ਤੂੰ ਇਹ ਵਿਹੜਾ ਵੀ ਲੈ ਲਾ ਅਤੇ ਸ਼ਹਿਰ ਬਦਲ ਲਾ ਜੇ ਲਾਹੌਰ 'ਚ ਤਾਂ ਦਿਲ ਨਹੀਂ ਲੱਗਣਾ ਇੱਥੇ ਪਿੰਡ 'ਚ ਲੈ ਲਵਾਂ ਕਾ ਹਾਂ ਇੱਥੇ ਹੀ ਲੈ ਆ ਫੈਮਿਲੀ ਵੀ ਇੱਥੇ ਤੈਨੂੰ ਧਾਰਾ ਪਾ ਦਿੰਦੇ ਹਾਂ ਇੱਥੇ ਹੀ ਕੁਰਬਾਨੀ ਦੇ ਲਈ ਨਹੀਂ ਫਿਰ ਫਾਇਦਾ ਕੀ ਉੱਥੇ ਮੈਂ ਰਿਸ਼ਤੇਦਾਰਾਂ ਇੱਥੇ ਲੈ ਕੇ ਜਾਣਾ ਵਿਖਾਉਣਾ ਬਰਾਦਰੀ 'ਚ ਉਹਨਾਂ ਨੂੰ ਵੀ ਲੈ ਆ ਇੱਥੇ ਲੈਣਾ ਨੀਗਾ ਤੂੰ ਲੱਗਦਾ ਇੱਥੋਂ ਹੀ ਵਿਖਾ ਲਈ ਜਾ ਉਹਨਾਂ ਨੂੰ ਜਿੱਦਾਂ ਦਾ ਤੇਰਾ ਹਿਸਾਬ ਆ ਨਾ ਇਹਨੂੰ ਤੋਰ ਕੇ ਤਾਂ ਦਿਖਾ ਥੋੜ੍ਹਾ ਜਿਹਾ ਹੋਰ ਹੈ ਹੋਰ ਅੱਗੇ ਲੈ ਜਾ ਉਹ ਹੋਰ ਕਿੱਥੇ ਅੱਗੇ ਲੈ ਜਾ ਉਹਨੂੰ ਮੈਂ ਵਿਹਾੜੀ ਲੈ ਜਾ ਉਹਨੂੰ ਜਾ ਤਾਂ ਸਹੀ ਤੁਰ ਤਾਂ ਸਹੀ ਚੱਲ ਇੱਥੋਂ ਮੋੜ ਲਿਆ ਹੁਣ ਕੰਚ ਨਾ ਮਾਰਦੀ ਲੈ ਆ ਤੈਨੂੰ ਸਹੀ ਵਿਹੜਾ ਚਲਾਉਣਾ ਨਹੀਂ ਆਉਂਦਾ ਚੜਾਉਣਾ ਨਹੀਂ ਆਉਂਦਾ ਵਾ ਕੀ ਵੀ ਹਾਂਜੀ ਕੀ ਕਹਿੰਦੇ ਹੋ ਜੀ 22 ਲੱਖ ਰੁਪਈਆ ਵਾ ਇਹਦਾ ਨਹੀਂ ਤੋਰ ਅੱਛੀ ਇਹਦੀ ਇਹਦੇ ਨਾਲ ਤੂੰ ਤੁਰਦਾ ਬਿਲਕੁਲ ਬੁਰਾ ਲੱਗ ਰਿਹਾ ਸੀ ਇਹ ਅੱਛਾ ਤੁਸੀਂ ਭਾਅ ਜੀ ਨਾ ਤੁਹਾਡੀ ਮਿਹਰਬਾਨੀ ਕਿੰਨਾ ਤੁਸੀਂ ਕਿਹਾ 22 ਲੱਖ ਰੁਪਈਆ ਇਹਦਾ ਰੁਪਈਆ ਤੁਹਾਨੂੰ 10 ਲੱਖ ਦੇ ਦਈਏ ਕਾਹਦਾ ਵਿਹੜੇ ਦਾ ਇਹਦਾ ਉਹ ਕਹਿੰਦਾ ਦੇ ਦੇ ਅੱਲਾ ਦੀ ਕਸਮ ਹੈ ਉਹ ਭਾਈ ਜਾਨਵਰ ਆ ਸਾਡਾ ਰੋਜ਼ ਇਹੀ ਕੰਮ ਆ ਤੇਰਨਾ ਹੀ ਕੰਮ ਆ ਇਹਦਾ ਮੈਨੂੰ ਲੱਗਦਾ ਪੁੱਛਾਂ ਪਾਛਾਂ ਵੱਜਦੀਆਂ ਰਹਿੰਦੀਆਂ ਵਾ ਤੂੰ ਆਪਣਾ ਮਤਲਬ ਦੀ ਗੱਲ ਕਰ ਕਿਹੜਾ ਪੁੱਛਾਂ ਵੱਜ ਵੱਜ ਕੇ ਤੇਰੀਆਂ ਪੁੱਛਾਂ ਡਿੱਗ ਪਈਆਂ ਉਹ ਵੀ ਉਹ ਪਿੱਛੋਂ ਉਹ ਵੀ ਚੁੱਕ ਰੁਮਾਲ ਆਪਣਾ ਤੂੰ ਉਹਨੂੰ ਹੱਥ ਨਾਲ ਲਾਇਆ ਕਰ ਉਹ ਗੁੱਸਾ ਕਰਦਾ ਉਹ ਗੁੱਸਾ ਨਹੀਂ ਕਰਦਾ ਜਾਨਵਰ ਆ ਉਹਨਾਂ ਨੂੰ ਕਿਹੜਾ ਹੁਣ ਯਾਰ ਉਹਨੇ ਫੜਿਆ ਤਾਂ ਹੈਗਾ ਭਾਈ ਕੀ ਨਾਂ ਇਹਨਾਂ ਦਾ ਯਕੂਬ ਆ ਜੇ ਮੇਰੇ ਨਾਲ ਹੀ ਉਹ ਯਕੂਬ ਨਾ ਗਿਜਿਆ ਤੇਰੇ ਨਾਲ ਗਿਜਿਆ ਹੀ ਨਹੀਂ ਯਾਰ ਯਕੂਬ ਦੇ ਹੁਣ ਅੱਗਿਓਂ ਪੂਛ ਮਾਰਦੇ ਮੈਂ ਜਿੱਥੇ ਖਲੋਤਾ ਵਾਂ ਉੱਥੇ ਹੀ ਮਾਰਨੀ ਉਹਨੇ
यार यकूब नू कुछ नहीं कहिंदा, तू इहदे नाल कोई करदा है दो नंबर इक जां इहदा माल विचों खट के खाना है, कोई कैसी गल है यार। तू गल ये कर भी 22 लाख रुपया वा, कोई कुछ तो बोल। 10 लाख ठीक आ की? 10 लाख ठीक है। 10 लाख रुपया इहदा? हाँ, तो इतों जो किराया लगना लाहौर ले जाण लग्या वो ਉਹ 10 ਲੱਖ ਰੁਪਈਏ ਦਾ ਨਾ? ਹਾਂ, ਇਹਦੇ ਨਾਲੋਂ ਹੌਲੇ ਉੱਥੇ ਪਰਲੇ ਪਾਸੇ ਬੰਨੇ ਉਹ ਵੀ ਨਹੀਂ ਗੇ 10 ਲੱਖ ਦੇ। ਤੇਰਾ ਦਿਮਾਗ ਖਰਾਬ ਆ, ਤੈਨੂੰ ਭੇਜਿਆ ਕਿੰਨੇ? ਮੈਂ ਤਕਦੀਰ ਲੈ ਆਈ ਇੱਧਰ ਘੇਰ ਕੇ। 10 ਲੱਖ ਬੜਾ। ਤੁਸੀਂ ਜਾਨਵਰ 11 ਕਰ ਲਾ, ਤੁਸੀਂ ਜਾਨਵਰ ਨਹੀਂ ਲੈਣਾ ਵੀਰੇ? ਹਾਂ, ਤੂੰ ਸਿਰਫ ਨਾ ਵੇਖਣ ਵੁਖਣ ਹੀ ਆਇਆ ਵਾ ਮਾਲ ਹੀ। 12 ਲੈ ਲਾ। ਕੀ ਗੱਲ? 12 ਉਹ ਭਾਈ ਤੈਨੂੰ ਜਾਨਵਰ ਤਾਂ ਦੇਖ ਲਾ, ਰੇਟ ਲਾਉਣ ਲੱਗਿਆ ਮਾੜਾ ਮੋਟੀ ਸ਼ਰਮ ਤਾਂ ਕਰ ਲਾ। ਮੈਂ ਜਾਨਵਰ ਤਾਂ ਵੇਖ ਲਾ, ਤੂੰ ਵੀ ਕਿਤੇ ਸ਼ੀਸ਼ਾ ਵੇਖ ਲਾ ਜਿੰਨੇ ਪੈਸੇ ਤੂੰ ਮੰਗਣ ਦਿਆ। ਅੱਗੇ ਹੋ ਜਾ, ਤੂੰ ਮੈਨੂੰ ਫਿਰ ਪੂਛ ਮਰਵਾਉਣੀ ਲੱਗਦਾ ਉਹਦੇ ਕੋਲ। ਚਲੋ 13 ਕਰ ਲਓ ਬਸ, ਠੀਕ ਆ। ਇਹਨਾਂ ਦਾ ਮਾਲ ਲਿਜਾਣ ਲੱਗਿਆ ਨਾ ਸ਼ਹਿਰੋਂ, ਹਾਂ ਇੰਨਾ ਖਰਚਾ ਹੁੰਦਾ ਤੁਹਾਨੂੰ ਪਤਾ ਵਾ, 30 ਰੁਪਈਏ ਲੀਟਰ ਤੇਲ ਹੋਰ ਉੱਪਰ ਆ ਗਿਆ। ਅਤੇ ਇਹ 1 ਲੀਟਰ 'ਚ ਕਿੰਨਾ ਕਰਦਾ? ਕੀ ਗੱਲ ਆ, ਇਹ ਕਿੱਥੇ ਪੈਟਰੋਲ ਪੰਪ 'ਤੇ ਬੰਨਣਾ ਜਾ ਕੇ? ਮੈਂ ਹੁੰਡਾ ਵਾਲਿਆਂ ਦਾ ਵਾ ਵਿਹੜਾ, ਇਹ ਤਾਂ ਤੇਲ ਦਾ ਇਹਦੇ ਨਾਲ ਕੀ ਤਲਕ ਯਾਰ? ਭਾਈ ਤੇਲ ਦਾ ਜਦੋਂ ਵੱਧਦਾ ਵਾ ਸਾਰੀ ਸ਼ੈਵਾਂ 'ਤੇ ਅਸਰ ਪੈਂਦਾ ਵਾ। ਇਹਦੇ 'ਤੇ ਤਾਂ ਨਹੀਂ ਅਸਰ ਪਿਆ, ਤੇਰੇ 'ਤੇ ਤਾਂ ਮੈਨੂੰ ਬਹੁਤਾ ਅਸਰ ਪਿਆ ਲੱਗਦਾ। ਨਹੀਂ ਚੱਲ ਯਾਰ, ਕੋਈ ਐਸੀ ਗੱਲ ਨਹੀਂ। ਕੀ ਐਸੀ? 14 ਲੈ ਲਾ, 14। ਉਹ ਯਾਰ ਤੂੰ ਤਾਂ ਬੁੜੀਆਂ ਤੇ ਨਾ ਰੇਟ ਲਾਉਣ ਡਿਆ ਵਾ ਵੀ ਭਾਈ ਨਹੀਂ 10 ਰੁਪਏ ਹੋਰ ਲੈ ਲਓ ਸੂਟ ਦੇ, ਤਾਂ ਘਾਟਾ ਵਾਧਾ ਕਰ ਲਵੋ। ਇਹ ਜਾਨਵਰ ਆ ਬਹੁ, ਇੱਥੇ ਦਿਨ ਰਾਤ ਅਸੀਂ ਇਹਨੂੰ ਪਾਲਿਆ ਵਾ। ਚਾਹੇ ਇੱਕੋ ਗੱਲ ਕਰਦੇ ਹਾਂ, ਰੁਪਈਆ 15 ਲੱਖ ਦਿਆਂਗਾ, ਪਾਵੇ ਤਾਂ ਸਿਰੀ ਤੇਰੀ ਬਸ। ਈਦ ਵਾਲੇ ਦਿਨ ਮੇਰੇ ਕੋਲ ਆ ਕੇ ਲੈ ਲਈ ਘਰੋਂ। ਉਹ ਜਾ ਭਾ ਕੰਮ ਕਰ ਜਾ ਕੇ, ਖਲ ਵੀ ਤੇਰੀ ਚੱਲ ਠੀਕ ਆ। ਉਹ ਖਲੋ ਜਾ ਖਲ, ਜਾਨਵਰ ਲਏਗਾ ਤੇ ਖਲ ਲਾਏਗਾ, ਖਲ ਲੈਦਾ ਲਏਗਾ ਕਿਤੇ। ਤੂੰ ਤਾਂ ਮੇਰੀ ਖਲ ਲਾਉਂਦੇ ਆ ਇੰਨੇ ਪੈਸੇ ਦੱਸ ਕੇ? ਭਾਈ ਜਾਨਵਰ ਤੇ ਦੇਖ ਮਾਸ਼ਾਅੱਲਾ, ਇਹ ਤੇ ਕਿੰਨੀ ਮਿਹਨਤ ਹੋਈ ਆ ਦਿਨ ਰਾਤ। ਮੈਨੂੰ ਸੋਹਣਾ ਲੱਗਾ ਤਦੇ ਹੀ ਮੈਂ ਕਹਿ ਰਿਹਾ। ਇਹਦੇ ਉੱਤੇ ਬਹਿ ਸਕਦਾ ਬੰਦਾ? ਕਿਹਦੇ ਉੱਤੇ? ਇਹਦੇ ਉੱਤੇ ਨਹੀਂ ਨਹੀਂ ਇਹ ਕਿਹੜਾ ਬੁੱਲ ਫਾਈਟਿੰਗ ਵਾਲੇ ਤੇਰੇ ਉੱਤੇ ਬਹਿਣਾ? ਇਹਦੇ ਤੇ ਬੁੱਲ ਫਾਈਟਿੰਗ ਕੁਰਬਾਨੀ ਵਾਲੇ ਜਾਨਵਰ ਬਹੁਤ ਤਕੜੇ ਹੁੰਦੇ। ਚਲੋ ਦੱਸੋ ਭਾਈ, ਕੋਈ ਲੈਣਾ ਵਾ ਕਿ ਟਾਈਮ ਜ਼ਾਇਆ ਕਰਨਾ ਸਾਡਾ? ਇਹਦਾ ਕੀ ਨੰਬਰ ਹੈਗਾ? ਉਹ ਯਾਰ ਨੰਬਰ ਲੈ ਲਾ ਪਹਿਲਾਂ ਤੂੰ ਵਟਸਐਪ ਵਾਲਾ ਉਹਦਾ, ਇੱਧਰ ਹੋ ਜਾ। 28 ਨੰਬਰ ਆ। ਚਲੇ ਬਾ ਗੱਡੀ 'ਚ ਇਹਨੂੰ ਲੱਭਾ, ਇਹਨੂੰ ਸੀਟ 'ਤੇ, ਅਤੇ ਟਰੱਕ 'ਤੇ 10 ਬੰਦੇ ਲੱਦਣਾ ਵਾ ਭਾ। ਤੂੰ ਰੇਟ ਰੂਟ 'ਤੇ ਕਰ ਲਾ ਪਹਿਲਾਂ ਉਹਨੂੰ, ਤੂੰ ਪੁੱਛੇ ਜੀ। ਮਹਿੰਗੀ ਚੀਜ਼ ਆ ਨਾ, ਮੈਂ ਟਰੱਕਾਂ ਟਰੁੱਕਾਂ 'ਚ ਨਹੀਂ ਲੈ ਕੇ ਜਾਣੀ, ਮੈਂ ਡਾਇਵੋ 'ਚ ਲੈ ਕੇ ਜਾਣੀ ਉਹਨੂੰ। ਤੂੰ ਇੱਥੇ ਆਇਆ, ਤੂੰ ਇੱਥੇ ਆਇਆ। ਉਹ ਯਾਰ ਜਾਨਵਰ ਆ, ਉਹ ਅਸੀਂ ਚੱਲਦਾ ਰਹਿੰਦਾ ਸਾਡਾ ਕੰਮ, ਤੂੰ ਆਪਣਾ ਹਾਸੇ ਪਾਉਂਦੇ। ਜਾਨਵਰ ਦਾ ਤੈਨੂੰ ਸ਼ੁਗਲ ਮੇਲਾ ਯਾਰ, ਸ਼ੁਗਲ ਮੇਲਾ ਕਿ ਵੀ ਉਹ ਉਹ ਤੈਨੂੰ ਫੂਸ਼ਲ ਮਾਨਾ ਬਰੂਸਲੀ ਵਾਂਗੂ ਮਾਰ ਰਿਹਾ ਘੁੰਮ ਕੇ। ਚੱਲ 15 ਲੱਖ ਇਹਨੂੰ ਡਾਇਵੋ 'ਚ ਪਾ ਦਿੰਦੇ, ਮੈਂ ਦਿਓ ਟਿਕਟਾਂ ਕਰਾ ਲੈਂਦਾ, ਇੱਕ ਇਹਦੀ ਇੱਕ ਆਪਣੀ ਟਿਕਟਾਂ ਕਰਾ ਲੈਂਦਾ। ਇਹ ਗਰਮੀ 'ਚ ਜਾਨਵਰ ਜਾਣ ਵਾਲਾ ਨਹੀਂ ਲਾਹੌਰ, ਯਕੀਨ ਕਰੋ। ਉਹ ਡਾਇਵੋ ਕਿਹੜੀ ਬੱਸ 'ਚ? ਡਾਇਵੋ 'ਚ ਆਉਣਾ ਬਹੁ, ਟਰੱਕ ਤੋਂ ਇਲਾਵਾ ਜਾਂਦਾ ਹੀ ਨਹੀਂ ਜਾਨਵਰ। ਸਾਲਮ ਕਰਾਉਣੀ ਉਹ, ਮੈਂ ਸਵਾਰੀ ਕੋਈ ਬਾਹਣੀ ਨਹੀਂ ਵਿੱਚ, ਸਾਲਮ ਕਰਾਉਣੀ ਡਾਇਵੋ, ਉਹ 'ਚ ਨਹੀਂ ਜਾ ਸਕਦਾ। ਅੱਛਾ ਚਲ ਲੈ ਭਾਈ, ਜਿੱਦਾਂ ਮਰਜ਼ੀ ਜਾਵੀਂ, ਰੇਟ ਨਹੀਂ ਬਾਰੇ 'ਚ ਹੈਗਾ ਸਾਡੇ ਤੇਰਾ। 16 ਕਰ ਲਾ। ਕੀ ਗੱਲ? 16 ਲੱਖ ਭਾਈ, ਜੇ ਲਾਸਟ ਤੁਹਾਨੂੰ ਦੇਣ ਕੋਈ ਹੈ ਨਾ ਲਿਜਾਣ ਦਾ ਹਿਸਾਬ ਤੁਹਾਡਾ, ਤਾਂ 21 ਲੱਖ ਰੁਪਈਆ ਹੋ ਜਾਓ, ਇਸ ਤੋਂ ਘੱਟ ਨਹੀਂ ਹੁਣ। 16 ਮੇਰੇ ਕੋਲ ਨਗਦ ਹੈਗਾ, ਬਾਕੀ ਮੈਂ ਤੈਨੂੰ ਜਾਇਜ਼ ਕੈਸ਼ ਕਰ ਦਿੰਦਾ। ਮੈਂ ਤੇਰੇ ਚੰਡ ਲਾ ਕੇ ਤਾਂ ਨਜਾਇਜ਼ ਕੈਸ਼ ਹੁਣੇ ਕਰ ਦੇਣੀ ਇੱਥੇ, ਜਿੰਨਾ ਤੂੰ ਟਾਈਮ ਜ਼ਾਇਆ ਕਰਨ ਡਿਆ। ਨਹੀਂ ਯਾਰ ਠੀਕ ਆ। ਨਹੀਂ ਨਹੀਂ ਕੋਈ ਨਹੀਂ ਠੀਕ ਭਾਈ, ਇਹ ਪਿੱਛੇ ਲੈਟਾਂ ਸ਼ੈਟਾਂ ਕੀ ਗੱਲ, ਇਹਨਾਂ ਦਾ ਵਿਆਹ ਤਾਂ ਨਹੀਂ ਅੱਜ? ਨਹੀਂ ਨਹੀਂ ਇੱਥੇ ਕੁਆਲੀ ਨਾਈਟ ਰੱਖੀ ਡਾਕਟਰ ਸਾਹਿਬ ਨੇ ਅੱਜ ਨਾ। ਅੱਛਾ ਅੱਛਾ, ਉਹ ਭਾਵੇਂ ਮਸਤ ਹੋ ਜਾਣ ਕੁਆਲੀ 'ਤੇ। ਚੱਲ 16 ਹੈਗੇ, ਦੇ ਰੱਸੀ ਮੈਨੂੰ ਫੜਾ। ਉਹ ਖਲੋ ਜਾ, 16 ਰੱਸੀ ਤੈਨੂੰ, 16 ਲੱਖ ਦੀ ਇਕੱਲੀ ਰੱਸੀ ਵੀ ਨਹੀਂ ਆਉਣੀ ਤੇਰੀ। ਬਸ ਠੀਕ ਆ ਯਾਰ, ਠੀਕ ਆ। ਉਹ ਛੱਡ ਭਾ। ਕੀ ਛੱਡ? ਨਹੀਂ ਨਹੀਂ ਇੰਨੇ 'ਚ ਵਾਰੇ 'ਚ ਨਹੀਂ ਜਗ੍ਹਾ, ਜੋ ਸਾਡਾ ਰੱਸੀ ਛੱਡ। ਉਹ ਯਾਰ ਰੱਸੀ ਦਾ ਕੀ ਆ? ਕੀ ਰੱਸੀ ਦਾ ਕੀ ਆ? ਉਹ ਕਹਿੰਦੇ ਨਹੀਂ ਹੁੰਦੇ 100 ਗਜ਼ ਰੱਸੀ ਸਿਰੇ 'ਤੇ ਗੰਢ? ਉਹ ਸਿਰੇ 'ਤੇ ਗੰਢ ਆ, ਪੈਸੇ ਵੀ ਹੋਣ ਨਾ ਪੂਰੇ, ਜਾਇਜ਼ ਪੈਸੇ ਦੇ। ਅਤੇ 16 ਘੱਟ ਆ? 16 ਨਹੀਂ, ਰੁਪਈਆ ਤੈਨੂੰ ਕਿਹਾ 21 ਲੱਖ ਲੱਗਣਾ ਵਾ 10, ਅਤੇ ਤੈਨੂੰ ਵਾਰੇ 'ਚ ਆ। ਉਹ ਨਹੀਂ ਭਾਈ, ਮੈਨੂੰ ਨਹੀਂ ਵਾਰੇ 'ਚ, ਮੈਂ 17 ਦੇ ਦਿਆਂਗਾ। ਚੱਲ ਚੱਲ। ਕਿਉਂ 17 ਦੇ ਦੇਂਗੇ? ਤੂੰ ਰੱਸੀ ਭੱਜ ਭੱਜ ਕਿਉਂ ਫੜਦਾ? ਤਾਂ ਰੱਸੀ ਤੋਂ ਫੜਨਾ, ਹੋਰ ਮੈਂ ਉਹਨੂੰ ਗਿਰੇਬੰਦ ਫੜ ਲਵਾਂ? ਜਦੋਂ ਤੈਅ ਹੋ ਜੂਗਾ ਮਸਲਾ, ਫਿਰ ਤੂੰ ਫੜ ਲਈ ਰੱਸੀ ਰੁੱਸੀ। 17 ਠੀਕ ਆ ਤੇਰੀ ਮਿਹਰਬਾਨੀ। ਨਹੀਂ 21 ਲੱਖ ਤੋਂ ਭਾਈ ਘੱਟ ਨਹੀਂ ਹੁਣ ਯਾਰ, ਹੁਣ ਜਿੰਨੀਆਂ ਉਹਨੇ ਤੈਨੂੰ ਪੂਛਲਾਂ ਮਾਰੀਆਂ ਨਾ, ਉਹ ਤੈਨੂੰ ਕਹਿ ਰਿਹਾ ਕਿ ਜਾਣ ਦੇ ਮੈਨੂੰ। ਜਾਣ ਦਊਗਾ, ਅਸੀਂ ਹੁਣ ਐਵੇਂ ਤੋਰ ਦਈਏ ਤੇਰੇ ਨਾਲ। ਉਹ ਯਾਰ ਆ ਛੱਡ ਰੱਸੀ। ਉਹ ਯਾਰ ਰੱਸੀ 'ਚ ਕਰੰਟ ਆ? ਉਹ ਰੱਸੀ ਬਦਤਮੀਜ਼ੀ ਨਾ ਕਰ, ਤੇ ਰੇਟ ਕਰ ਜਿਹੜਾ ਕਰਨਾ। ਠੀਕ ਆ, 18 ਇਦਾਂ ਹੀ ਮੰਡੀਆਂ 'ਚ ਹੁੰਦਾ ਬਸ, 18 ਬਸ। ਉਹ ਕਿਹੜਾ 18 ਮੰਡੀਆਂ ਕਿਹੜੀਆਂ 'ਚ ਹੁੰਦਾ 18? ਹੁਣ 18 ਬਸ ਕਹਿ ਤਾ, 19 ਵੀ ਨਹੀਂ ਹੋਣੀ। ਓ ਭਾ, ਹੈਲੋ, ਤੂੰ ਨਹੀਂ ਲੈਣਾ ਮੈਨੂੰ ਲੱਗਦਾ। ਚੱਲ।